लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। सारियां वोटां बादल साहब नूं पवा गए, खेरा साहब पैसे ले ले गए, ब्रह्मपुरा साहब कौन हुंदे साडी साख बारे दसण जिहनूं एक सीट नहीं आई। मैं कहना इन्हां बशर्मा तो जिन्ने मर्जी इस्तीफे मंगी जाओ किसी ने नहीं देना। लोकसभा चोणां च बठिंडा सीट तो कांग्रेस पार्टी दे उम्मीदवार राजा वड़िंग चोणां च हारन तो बाद मानसा पहुंचे, जिथे उन्हां लोकां वल्लों चोणां च दित्ते गए सहयोग दा धन्नवाद कीता गया। उथे उन्हां श्रोमणी अकाली दल अते टकसालियां ते हमला बोलदिआं कहा कि इन्हां तो जिन्ने मर्जी अस्तीफे लै लवो, इन्हां ने अस्तीफा नहीं देना। इन्हां दा अस्तीफा तां 2022 च जनता आपे लै लवेगी, क्योंकि लोक इन्हां नूं पसंद नहीं करदे। मैं कहना इन्हां बशर्मा तो जिन्ने मर्जी अस्तीफे मंगी जाओ किसी ने नहीं देना। मैं तां यही कहांगा अस्तीफा किसी नूं मंगण दी सानूं लोड़ नहीं है, देना देण नहीं। इन्हां दा अस्तीफा 2022 दे विच आपदी आप जनता दे देगी। बिल्कुल पसंद नहीं करदे लोगों नूं। अगर वोट परसेंटेज दे हिसाब नाल तुसीं वेख्या जावे, बीबी बादल जी गिद्धा पा रहे सी पर ताड़ी आदि जान नाल नहीं वज रही सी, क्योंकि उन्हां नूं समझ आ गई सी कि जिथों 34,000 वोट असीं लंबी तों वधदे सी उत्थे 15,000 ते रहि गए, जिथे 25,000 ਸੰਦੂਲਗੜ੍ਹ ਵਧਦੇ ਸੀ ਉੱਥੇ 4,000 ਡਾਊਨ ਹੋ ਗਏ। ਉੱਥੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿਧਾਇਕ ਰਣਜੀਤ ਸਿੰਘ ਬ੍ਰਹਮਪੁਰਾ ਦੇ ਬਿਆਨ ਕੇ ਕੈਪਟਨ ਦੀ ਮਿਲੀਭੁਗਤ ਤੇ ਬੱਚੀ ਅਕਾਲੀ ਦਲ ਦੀ ਸਾਖ ਤੇ ਰਾਜਾ ਵੜਿੰਗ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਅਤੇ ਖਹਿਰਾ ਦੇ ਰਲੇ ਹੋਣ ਦੇ ਆਰੋਪ ਲੱਗੇ ਸਨ ਅਤੇ ਨਾਲ ਹੀ ਉਹਨਾਂ ਖਹਿਰਾ ਤੇ ਪੈਸੇ ਲੈ ਕੇ ਅਕਾਲੀ ਦਲ ਨੂੰ ਵੋਟ ਪਾਉਣ ਦੀ ਗੱਲ ਵੀ ਆਖੀ। ਮੈਂ ਬ੍ਰਹਮਪੁਰਾ ਸਾਹਿਬ ਕੌਣ ਹੁੰਦੇ ਸਾਡੀ ਸਾਖ ਬਾਰੇ ਦੱਸਣ ਜਿਹਨੂੰ ਇੱਕ ਸੀਟ ਨਹੀਂ ਆਈ। ਹੁਣ ਬ੍ਰਹਮਪੁਰਾ ਸਾਹਿਬ ਜਿਹੜਾ ਕਦੇ ਕੇਜਰੀਵਾਲ ਸਾਹਿਬ ਕੁਛ ਬੋਲ ਦਿੰਦੇ, ਕਦੇ ਖਹਿਰਾ ਸਾਹਿਬ ਕਹਿ ਦਿੰਦੇ ਸੀ ਵੀ ਇਹ ਤਾਂ ਫਰੈਂਡਲੀ ਮੈਚ ਹੈ, 30,000 ਵੋਟਾਂ ਉਹਨੂੰ ਖਹਿਰਾ ਸਾਹਿਬ ਨੂੰ ਪਈਆਂ, ਸਾਰੀਆਂ ਵੋਟਾਂ ਬਾਦਲ ਸਾਹਿਬ ਨੂੰ ਪਵਾ ਗਏ ਖਹਿਰਾ ਸਾਹਿਬ, ਪੈਸੇ ਲੈ ਲਏ ਗਏ, 30,000 ਵੋਟਾਂ ਸੁਖਪਾਲ ਖਹਿਰੇ ਨੂੰ ਪੈਣੀਆਂ। ਔਰ ਉਹ ਬੰਦਾ ਇਹ ਕਹਿੰਦਾ ਸੀ ਵੀ ਇਹ ਕਾਂਗਰਸੀ ਤੇ ਅਕਾਲੀ ਮਿਲੇ ਹੋਏ ਆ, ਅਸੀਂ ਜਾਨ ਦੀ ਬਾਜ਼ੀ ਲਾਤੀ ਕਾਂਗਰਸੀ। ਸੇਮ ਹੁਣ ਬ੍ਰਹਮਪੁਰਾ ਜਿਹਦੇ ਕੋਲ ਕੋਈ ਮੁੱਦਾ ਨਹੀਂ, ਜਿਹਨੂੰ ਲੋਕਾਂ ਨੇ ਨਕਾਰਤਾ, ਜਿਨ੍ਹਾਂ ਲੀਡਰਾਂ ਨੂੰ ਲੋਕਾਂ ਨੇ ਨਕਾਰਤਾ, ਉਹ ਕਹਿੰਦੇ ਹੁਣ ਕਾਂਗਰਸ ਰਲੀ ਵੀ ਹੈ। ਇਹ ਫਾਲਤੂ ਦੀਆਂ ਗੱਲਾਂ। ਔਰ ਇਹੋ ਜਿਹੇ ਲੋਕ ਜਿਹੜੇ ਲੀਡਰ ਹੈ ਹੁਣ ਇਹੋ ਜਿਹੀਆਂ ਬਿਆਨਾਂ ਦੇ ਆਦੀ ਹੋ ਚੁੱਕੇ ਆ, ਉਹਨਾਂ ਨੂੰ ਹੋਰ ਕੋਈ ਉਹਨਾਂ ਕੋਲ ਮੁੱਦਾ ਨਹੀਂ, ਇਹ ਖਿੱਚ ਦਾ ਕੇਂਦਰ ਅਟਰੈਕਸ਼ਨ ਬਣਨਾ ਸੀ, ਇਹੋ ਜਿਹਾ ਬਿਆਨ ਦੇ ਦਿੰਦੇ ਆ। ਦੱਸ ਦਈਏ ਕਿ ਰਾਜਾ ਵੜਿੰਗ ਨੇ ਆਪਣੀ ਹਾਰ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ, ਸਗੋਂ ਉਹਨਾਂ ਦਾ ਕਹਿਣਾ ਹੈ ਕਿ ਕਿਸਮਤ ਦੇ ਹਾਰ ਜਾਣ ਨਾਲ ਹਾਰ ਨਹੀਂ ਹੁੰਦੀ। ਮੈਂ ਸਮਝਦਾ ਕਿ ਮੈਂ ਬਠਿੰਡੇ ਦੇ ਲੋਕ ਸਭਾ ਦੇ ਲੋਕਾਂ ਦਾ ਪਰ ਮਾਨਸਾ ਦੇ ਲੋਕਾਂ ਦਾ ਮੈਂ ਦੇਣਾ ਨਹੀਂ ਦੇ ਸਕਦਾ। ਹਰ ਬੰਦੇ ਨੇ ਆਪਦੇ ਬਿੱਤੋਂ ਬਾਹਰ ਮੇਰੇ ਵਾਸਤੇ ਜ਼ੋਰ ਲਾਇਆ, ਮੇਰੇ ਵਾਸਤੇ ਜਾਨ ਲਾਈ, ਪਾਰਟੀ ਦੇ ਉਹਨਾਂ ਤਮਾਮ ਲੋਕਾਂ ਨੇ, ਕਿਸੇ ਦਾ ਕੋਈ ਦੋਸ਼ ਨਹੀਂ। ਜੇ 20,000 ਵੋਟਾਂ 'ਤੇ ਰਾਜਾ ਹਾਰ ਗਿਆ, ਮੈਨੂੰ ਲੱਗਦਾ ਮੇਰਾ ਮੁਕੱਦਰ ਹਾਰ ਗਿਆ। ਮੈਨੂੰ ਹਰ ਬੰਦੇ ਨੇ ਮਦਦ ਕਰਕੇ ਜਿਤਾਇਆ। ਜਿੱਥੋਂ ਤੱਕ ਮੀਡੀਆ ਦਾ ਸਵਾਲ ਹੈ, ਮੈਂ ਸਮਝਦਾ ਕਿ ਚੰਗਾ ਰੋਲ ਰਿਹਾ, ਮੀਡੀਆ ਦਾ ਕਾਫੀ ਵਧੀਆ ਰੋਲ ਰਿਹਾ। ਮਾਨਸਾ ਤੋਂ ਵਿਨੋਦ ਗੋਇਲ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।